ਸਤਿ ਸ਼੍ਰੀ ਅਕਾਲ, ਵੈਲਕਮ ਕੇ ਆ ਚਾਲ, ਠੀਕ ਠਾਕ ਮੇਰੇ ਭੈਣ ਭਰਾ ਅਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ। ਅਤੇ ਅੱਜ ਦਾ ਵਲੋਗ ਹੈਗਾ ਯਾਨੀ ਕਿ ਅੱਜ ਫਿਰ ਦਿੱਲੀ ਵਾਲੇ ਭਾਜੀ ਹੋਣੀ ਅਤੇ ਦੀਦੀ ਹੋਣੀ ਆਏ ਨੇ ਅਤੇ ਮਿਲਣ ਵਾਸਤੇ ਫਿਰ ਸਾਨੂੰ, ਅਤੇ ਬਹੁਤ ਜਲਦ ਉਹਨਾਂ ਦਾ ਗੇੜਾ ਫਿਰ ਲੱਗ ਗਿਆ ਵਾ ਅਤੇ ਤੁਹਾਨੂੰ ਹੁਣੇ ਫੋਨ ਆਇਆ ਸੀ ਕਹਿੰਦੇ ਮਿਲਣਾ। ਮੈਂ ਕੋਈ ਗੱਲ ਨਹੀਂ ਜੀ ਆਇਆਂ ਨੂੰ, ਅਤੇ ਸੋ ਉਹਨਾਂ ਨੂੰ ਮਿਲਦੇ ਹਾਂ ਅਤੇ ਕਹਿਣ ਡੇ ਕਿ ਆਪਾਂ ਸ਼ਹੀਦਾਂ ਸਾਹਿਬ ਲੱਗੇ ਹੈਗੇ ਹਾਂ ਤੁਸੀਂ ਉੱਥੇ ਮਿਲ ਲਓ, ਅਤੇ ਹੁਣ ਆਪਾਂ ਚੱਲਦੇ ਹਾਂ ਸ਼ਹੀਦਾਂ ਸਾਹਿਬ ਅਤੇ ਉੱਥੇ ਉਹਨਾਂ ਨੂੰ ਮਿਲ ਲੈਂਦੇ ਹਾਂ ਅਤੇ ਨਾਲ ਮਿਲ ਕੇ ਕਰਦੇ ਹਾਂ ਗੱਲਬਾਤ ਵੀ ਕਿਉਂ ਇੰਨੀ ਜਲਦੀ ਗੇੜਾ ਲੱਗਾ, ਸਾਰਾ ਕੁਛ ਤੁਹਾਨੂੰ ਨਾਲ ਦੱਸਾਂਗੇ ਜੀ। ਅਤੇ ਪ੍ਰੀਤ ਵੀ ਹੋ ਗਈ ਆ ਰੈਡੀ, ਭੰਗੜੇ ਪੈਣ ਡੇ, ਭੰਗੜੇ ਹੁਣ ਜੇ ਵੇਖ ਆਉਣ ਡੇ ਨਾ ਪੈਣ ਡੇ। ਚਲੋ ਫਿਰ ਠੀਕ ਹੈ ਜੀ, ਆਪਾਂ ਹੁਣ ਲਗਭਗ 7:45 ਹੋ ਗਏ ਆ, ਹਨੇਰਾ ਹੋਣਾ ਸ਼ੁਰੂ ਹੋ ਗਿਆ ਅੱਜ ਕੱਲ੍ਹ, 8 ਵਜੇ ਤੱਕ ਜਿਹੜਾ ਚਾਨਣ ਹੀ ਰਹਿੰਦਾ ਵਾ ਅਤੇ ਹੁਣ 10-15 ਮਿੰਟਾਂ ਨੂੰ ਪੂਰਾ ਹਨੇਰਾ ਹੋ ਜਾਣਾ ਯਾਰ। ਆਈਸਕ੍ਰੀਮ ਤੋਂ ਨਹੀਂ ਮੁੜਦੇ ਬੱਚੇ, ਆਈਸਕ੍ਰੀਮ ਕਹਿੰਦਾ ਖਾਣੀ ਖਾਣੀ ਆ। ਹੈਂ ਗੁਰਬਾਜ ਸਿੰਘ, ਆਹੜੇ ਆਓ ਜਦੋਂ ਜਾਣਾ ਆਈਸਕ੍ਰੀਮ ਪਾਪਾ, ਪਹਿਲਾਂ ਆਈਸਕ੍ਰੀਮ ਲੈ ਕੇ ਦੋ ਹਨਾ, ਹਲੇ ਕੋਲਡ ਹੋਇਆ ਫਿਰ ਵੀ ਨਹੀਂ ਹਟਦਾ। ਗੋਲਡਨ ਟੈਂਪਲ ਦਾ ਸ਼ਹੀਦਾਂ ਸਾਹਿਬ ਵਾਲੀ ਮਾਰਕੀਟ ਤੇ ਭਾਵੇਂ ਰਾਤ ਦੇ 12 ਵਜੇ ਆ ਜਾਓ ਨਾ, ਇਦਾਂ ਹੀ ਮਤਲਬ ਚਹਿਲ ਪਹਿਲ ਰਹਿੰਦੀ ਆ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ, ਚਹਿਲ ਪਹਿਲ ਇੱਦਾਂ ਹੀ ਰਹਿੰਦੀ ਹੈ। ਜਦੋਂ ਮਰਜ਼ੀ ਆਓ, ਜਦੋਂ ਮਰਜ਼ੀ ਜਾਓ, ਐਂ ਪੂਰੀਆਂ ਰੌਣਕਾਂ ਬਾਬਾ ਜੀ ਦੀ ਕਿਰਪਾ ਨਾਲ। ਮੰਡੀ ਜਾਏ ਅੰਬ ਬੜੇ ਬੜੇ ਸੋਹਣੇ ਆ, ਮਿੱਠੇ ਮਿੱਠੇ ਅੰਬ ਖੁਸ਼ਬੂ ਬੜੀ ਆਉਣ ਡੀ, ਮਾਂ ਅੰਬ ਲੈ ਲਈਏ ਹੁਣ, ਅੰਬ ਵੀ ਲੈ ਜਾਂਦੇ 1 ਕਿਲੋ। ਮੈਂ ਕਿਹਾ ਭਾਈ ਹੋਣਾ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਵੀ ਆਪਾਂ ਗੁਰਦੁਆਰਾ ਗੋਲਡਨ ਟੈਂਪਲ ਮਤਲਬ ਅੰਦਰ ਦਰਸ਼ਨ ਕਰਨ ਵਾਸਤੇ ਚੱਲੇ ਆ, ਤੇ ਮੈਂ ਭਾਈ ਨੂੰ ਕਿਹਾ, ਮੈਂ ਭਾਈ ਟਾਈਮ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਰਾਤ ਦੇ 9 ਵੱਜ ਗਏ ਆ, ਅਤੇ ਉਹਨਾਂ ਨੂੰ 2-2.5 ਘੰਟੇ ਜਿਹੜੇ ਆ ਨਾ ਆਰਾਮ ਨਾਲ ਲੱਗ ਜਾਣੇ ਉਹਨਾਂ ਨੂੰ ਦਰਸ਼ਨ ਕਰਦੇ ਹੋਏ, ਕਿਉਂਕਿ ਇੱਥੇ ਜਿਹੜਾ ਗੋਲਡਨ ਟੈਂਪਲ ਆ ਇੱਥੇ ਜਦੋਂ ਤੁਸੀਂ ਦਰਸ਼ਨ ਕਰਨੇ ਹੁਣ ਜਦੋਂ 2-2.5 ਘੰਟੇ ਤਾਂ ਆਰਾਮ ਨਾਲ ਲੱਗ ਜਾਂਦੇ ਨੇ, ਅਤੇ ਇਸ ਕਰਕੇ ਮੈਂ ਭਾਈ ਨੂੰ ਹੁਣ ਫਿਰ ਕੱਲ੍ਹ ਦਾ ਟਾਈਮ ਦੇ ਦਿੱਤਾ, ਮੈਂ ਚਲੋ ਕੱਲ੍ਹ ਦੇਖ ਲਾਂਗੇ ਆਪਾਂ, ਕੱਲ੍ਹ ਮਿਲ ਲਾਂਗੇ, ਕੱਲ੍ਹ ਕਹਿੰਦੇ ਆਪਾਂ ਇੱਥੇ ਹੀ ਹਾਂ, ਅਤੇ ਹੁਣ ਫਿਰ ਆਪਾਂ ਚੱਲਦੇ ਹਾਂ ਘਰ ਨੂੰ, ਅਤੇ ਰਾਹ ਜੇ ਕੁਛ ਖਾਣਾ ਪੀਣਾ ਤੋਂ ਖਾ ਪੀ ਲੈਂਦੇ ਹਾਂ, ਅਤੇ ਸੋ ਆਪਾਂ ਸ਼ਹੀਦਾਂ ਸਾਹਿਬ ਜੀ ਦਾ ਦਰਸ਼ਨ ਕਰ ਲਿਆ ਬਾਬਾ ਜੀ ਦੇ, ਅਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ। ਵੀ ਗੋਲ ਗੱਪਿਆਂ ਦੇ ਬਾਦਸ਼ਾਹ, ਉਹਨਾਂ ਨੂੰ ਕਹਿੰਦਾ ਮੈਂ ਗੋਲ ਗੱਪਿਆਂ ਦੇ ਬਾਦਸ਼ਾਹ, ਗੋਲ ਗੱਪੇ ਤਾਂ ਜ਼ਰੂਰ ਖਾਣੇ ਆ, ਹੋਰ ਕੋਈ ਖਾਵੇ ਨਾ ਖਾਵੇ। ਗੋਲ ਗੱਪਿਆਂ ਦੇ ਬਾਦਸ਼ਾਹ, ਗੋਲ ਗੱਪਿਆਂ ਦੇ ਬਾਦਸ਼ਾਹ, ਆ ਸਾਰਾ ਲਿਫਾਫਾ ਜਿਹਾ ਲੈ ਦਈਏ ਤੁਹਾਨੂੰ, ਜਿੰਨੇ ਹੈਗੇ ਆ ਲੈ ਦਾ, ਲੈ ਦਾ ਮਿੱਠੀ ਖਾਣੀ ਹੈ। ਗੁਰਬਾਜ ਸਿੰਘ ਕਹਿੰਦਾ ਮੈਂ ਮਿੱਠੀ ਖਾਣੀ, ਪਾਪੜੀ ਖਾਣੀ, ਪਾਪੜੀ ਪਾਪੜੀ ਖਾਣੀ ਹੈ ਗੁਰਬਾਜ ਸਿੰਘ ਨੇ। ਉਹ ਗੁਰਬਾਜ ਸਿੰਘ ਬੋਲਦਾ ਨਹੀਂ ਆ, ਆਜਾ ਉਹਦੇ ਸ਼ਤਾਨੀ ਨਹੀਂ ਕਰਨੀ, ਇਹਨੂੰ ਸੜਕ ਵੱਲ ਨਾ ਜਾਣ ਦਿਓ, ਉਹ ਮੋਟਰਸਾਈਕਲ ਕਹਿਣ ਡੇ ਕਰਮ ਨਾਲ ਛੇੜਾ ਖਾਣੀਆਂ ਕਰੋ, ਅਤੇ ਭਾਜੀ ਨਾਲ ਲੈ ਲਈਏ ਮੁਹੰਮਦ ਸਾਹਿਬ, ਫਿਰ ਚੱਲਦੇ ਹਾਂ ਆਪਾਂ ਘਰ। ਅੱਤੀ ਵਜੇ ਆ ਗਏ ਆਪਾਂ,
ਅੱਧੀ ਪਲੇਟ ਜਿਹੜੀ ਹੈ ਪੈਕ ਕਰਵਾ ਲਈ ਹੈ ਅਤੇ ਹਾਫ ਪਲੇਟ ਜਿਹੜੀ ਇੱਥੇ ਮੈਂ ਖਾਈ ਹੈ ਗਰਮ ਗਰਮ ਦਾ ਸਵਾਦ ਆ ਅਤੇ ਘਰ ਜਾ ਕੇ ਉਹ ਜਿਹਾ ਮਜ਼ਾ ਨਹੀਂ ਆਉਂਦਾ ਅਤੇ ਮੈਂ ਇਸ ਕਰਕੇ ਇੱਥੇ ਵੀ ਪੈਕ ਕਰਾ ਅਤੇ ਘਰ ਵਾਸਤੇ ਇੱਕ ਫੁੱਲ ਪੈਕ ਕਰਾ ਲਈਏ ਅਤੇ ਹਾਫ ਇੱਥੇ ਲੈ ਲਈਏ ਖਾਣ ਵਾਸਤੇ ਅਤੇ ਇਹ ਹੈਗੇ ਆ ਜੀ ਆਪਣਾ ਪਨੀਰ ਵਾਲੇ ਮੋਮੋਸ ਹਾਂ ਹੈਗੇ ਜੀ ਪਨੀਰ ਵਾਲੇ ਅਤੇ ਉਹਨੂੰ ਟਰਾਈ ਕਰਦੇ ਹਾਂ ਪਨੀਰ ਵਾਲਿਆਂ ਨੂੰ ਆਪਾਂ ਖੋਲ੍ਹ ਕੇ ਵੇਖਦੇ ਹਾਂ ਕਿੱਥੇ ਪਨੀਰ ਕਿੱਥੇ ਆ ਅੱਛਾ ਪਨੀਰ ਮੈਚ ਕੀਤਾ ਹੈ ਹਨਾ ਹਾਂ ਆਹੋ ਪਨੀਰ ਨਾ ਜਿਹੜਾ ਹੈਗਾ ਹਲਕਾ ਹਲਕਾ ਮੈਚ ਕੀਤਾ ਹੋਇਆ ਵਿੱਚ ਮੋਮਸਾਂ ਦੇ ਅਤੇ ਸਵਾਦ ਉੱਦਾਂ ਠੀਕ ਆ ਪਨੀਰ ਵਾਲੀ ਸਵਾਦ ਆ ਵਾਕਿਆ ਯਾਰ ਬਹੁਤ ਘੈਂਟ ਆ ਮਜ਼ੇਦਾਰ ਆ ਹਾਂ ਵਧੀਆ ਵਧੀਆ ਸਵਾਦ ਆ ਨਾ ਅਸੀਂ ਤਾਂ ਕਰ ਲਈ ਘਰ ਦੀ ਵਾਪਸੀ ਅਤੇ ਹੁਣ ਫਿਰ ਫੋਨ ਆਇਆ ਭਾਅ ਜੀ ਕਹਿੰਦੇ ਅਸੀਂ ਉੱਥੇ ਆ ਗਏ ਸ਼ਹੀਦਾਂ ਸਾਹਿਬ ਲਾਗੇ ਉੱਥੇ ਆਏ ਅਤੇ ਹੁਣ ਆਪਾਂ ਫਿਰ ਉੱਥੇ ਆ ਗਏ ਹਾਂ ਭਾਅ ਜੀ ਉਹਨਾਂ ਨੂੰ ਮਿਲਦੇ ਹਾਂ ਆ ਗਏ ਲਾਗੇ ਇੱਥੇ ਬਸ ਆਪਣੇ ਜਿਹੜੀ ਹੁਣੀ ਪਹੁੰਚ ਚੁੱਕੇ ਆ ਸਾਹਮਣੇ ਅਤੇ ਮਿਲਦੇ ਹਾਂ ਫਿਰ ਆਪਾਂ ਚੱਲਦੇ ਹੁਣੇ ਘਰ ਇੱਥੇ ਟਾਈਮ ਸੁੱਕਣਾ 10 ਵੱਜ ਗਏ ਰਾਤ ਦੇ ਅਤੇ ਆ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਹੋਰ ਗੁੜੀਆ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਸਤਿ ਸ਼੍ਰੀ ਅਕਾਲ ਕਰੋ ਨਾ ਭਾਈ ਉਹ ਸਤਿ ਸ਼੍ਰੀ ਅਕਾਲ ਕਰ ਦਿਓ ਮੈਂ ਕਿਹਾ ਭੁੱਖ ਤਾਂ ਆਪਾਂ ਨੂੰ ਕਾਫੀ ਲੱਗੀ ਅਤੇ ਪਹਿਲਾਂ ਕੁਝ ਖਾ ਪੀ ਲਈਏ ਮਿਲ ਕੇ ਫਿਰ ਕਰਦੇ ਹਾਂ ਗੱਲਬਾਤ ਅਤੇ ਭਾਈ ਉਹਨਾਂ ਨੂੰ ਕਰਾਈਏ ਅੰਮ੍ਰਿਤਸਰ ਦੀ ਬੰਦ ਟਿੱਕੀ ਇਹਦਾ ਟੇਸਟ ਅਤੇ ਕਿੱਦਾਂ ਦਾ ਭਾਈ ਤੁਸੀਂ ਦੱਸਿਓ ਖਾ ਕੇ ਵੀ ਕਿੱਦਾਂ ਦੀ ਲੱਗੀ ਤੁਹਾਨੂੰ ਠੀਕ ਹੈ ਅਤੇ ਚਲੋ ਉਹਨੇ ਚਿਰ ਆਪਾਂ ਹਾਂਜੀ ਤੁਸੀਂ ਢਿੱਲੇ ਬੈਠੇ ਜੇ ਨਹੀਂ ਇਹਨਾਂ ਦੀ ਬੰਦ ਟਿੱਕੀ ਬਹੁਤ ਸਵਾਦ ਹੁੰਦੀ ਹੈ ਭਾਈ ਨੂੰ ਕਿੱਦਾਂ ਲੱਗੀ ਭਾਜੀ ਫਿਰ ਟੇਸਟੀ ਆ ਨਾ ਨਜ਼ਾਰਾ ਭਾਜੀ ਵੀ ਕਹਿੰਦੇ ਨਜ਼ਾਰਾ ਆ ਪੂਰਾ ਹਾਂਜੀ 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 ਠੀਕ ਹਰਮਨ ਆਇਆ ਸਾਡਾ ਘਰ ਆਉਂਦਿਆਂ ਨੂੰ ਹਾਂ ਹਾਂਜੀ ਮੁੰਡੇ ਦਾ ਹੈਗਾ ਜਨਮਦਿਨ ਤਾਂ ਸਾਰੇ ਜਣੇ ਵਧਾਈਆਂ ਜ਼ਰੂਰ ਦਿਓ ਇਹਨੂੰ ਕੀ ਨਾਮ ਅੰਮ੍ਰਿਤ 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 ਦੇ ਨਾਂ ਤੇ ਵਧਾਈਆਂ ਦਿਓ ਜੀ ਹੈਪੀ ਬਰਥਡੇ ਵੀਰ ਥੈਂਕ ਯੂ ਓ ਥੈਂਕ ਯੂ ਸਹੀ ਨਹੀਂ ਕਿਹਾ ਤੂੰ ਬਨਾਨਾ ਬਨਾਨਾ ਮੂੰਹ 'ਚ ਆ ਮੇਰੇ ਮਾਮਾ ਜੀ ਨੂੰ ਹੋਰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਦੱਬ ਦੇ ਦੱਬ ਦੇ ਦੱਬ ਦੇ ਦੱਬ ਦੇ ਇੰਦਰ ਇੱਥੇ ਬਾਹਰ ਖੜੇ ਸਾਰੇ
ਮੁੰਡੇ ਕੋਲ ਲੈਟ ਛਡਾਈ ਅੰਦਰੋਂ ਤੇ ਆ ਬਲਬ ਨਹੀਂ ਜਗਣ ਡੇ ਤੇ ਮੈਂ ਲੈਟ ਛੱਡਿਆ। ਇਹ ਮੁੰਡਾ ਚੈਂਪੀਅਨ, ਇਹਨੂੰ ਹੁਣ ਚੈਂਪੀਅਨ ਬਣਾਉਣਾ ਛਾਲਾਂ ਦਾ, ਛਾਲਾਂ ਦਾ ਚੈਂਪੀਅਨ ਬਣਾਉਣਾ। ਬੂਹਾ ਵੱਜਾ ਸੀ, ਮੈਂ ਛਾਲ ਮਾਰ ਕੇ ਟੱਪ ਜਾਏਗਾ, ਮਿੰਟੋ ਮਿੰਟ ਹੀ ਟੱਪ ਗਿਆ ਛਾਲ ਮਾਰ ਕੇ ਭਰਾਵਾ, ਬੜੀ ਤੇਜ਼ੀ ਨਾਲ। ਇਹ ਮੁੰਡਾ ਆ ਲਾ ਆ ਲਾ ਵਾਕਿਆ ਜੀ, ਮੰਨ ਗਏ ਭਰਾ ਤੈਨੂੰ, ਉਹ ਪੈ ਮੰਨ ਗਏ ਭਰਾਵਾ ਤੈਨੂੰ ਮੰਨ ਗਏ ਆ, ਤੂੰ ਤੇ ਤੂੰ ਤੇ ਖੰਭਾ ਹਿਲਾ ਤਾ ਫੜ ਗਿਆ ਪੂਰਾ ਤੇ। ਗਰਮ ਗਰਮ ਰੋਟੀ ਤੇ ਬਣਾ ਲਈ ਭਿੰਡੀ ਤੋਰੀ, ਰੱਖ ਲਏ ਮੋਮੋਸ, ਚਲੋ ਖਾਣਾ ਰੋਟੀ। ਹਾਂਜੀ ਜੀ, ਨਾਲ ਮੇਰੇ ਕੁਝ ਖਾਸ ਭੈਣ ਪ੍ਰਮੁੱਖ ਇੱਥੇ ਕਿ ਸਾਡਾ ਵੀ ਨਾਂ ਲਓ ਲਓ ਦੇਵੇ, ਅਤੇ ਇੱਕ ਮੇਰੀ ਭੈਣ ਹੈਗੀ ਹੈ ਜੀ ਰਜਨੀ ਕਾਈ ਜੀ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਕਮਲਜੀਤ ਕੌਰ ਜੀ ਢਿੱਲੋਂ, ਅਤੇ ਨਾਲ ਸਾਡੇ ਦੋ ਹੋਰ ਨੇ ਜੀ ਬੱਬੂ ਦੀਦੀ ਜੀ ਐਂਡ ਬਾਮਾ ਜੀ, ਅਤੇ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਰਵਿੰਦਰ ਸਿੰਘ ਜੀ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਰਣਜੀਤ ਕੌਰ ਜੀ ਤਰਨ ਤਾਰਨ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਸਪਨਾ ਜੀ, ਅਤੇ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਸੇਵਕ ਸਿੰਘ ਜੀ। ਹਾਂਜੀ ਜੀ, ਰੋਟੀ ਪਾਣੀ ਖਾ ਲਿਆ, ਹੁਣ ਆਪਾਂ ਹੋ ਗਿਆ ਫਰੀ, ਉਹ ਕੱਲ੍ਹ ਗਿਆ ਰੈਸਟ, ਔਰ ਮਿਲਾਂਗੇ ਸੋਹਣੇ ਜਿਹੇ ਫੈਮਿਲੀ ਵਲੌਗ ਦੇ ਨਾਲ। ਔਰ ਜਿਹੜੇ ਨਵੇਂ ਭੈਣ ਦੇਖ ਰਹੇ ਨੇ ਚੈਨਲ ਕਰ ਲਿਆ ਕਰੋ ਸਬਸਕ੍ਰਾਈਬ, ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਆ ਕਰੋ, ਤਾਂ ਕਿ ਹਰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਮਿਲਦੇ ਇੱਕ ਸੋਹਣੇ ਜਿਹੇ ਫੈਮਿਲੀ ਵਲੌਗ ਦੇ ਨਾਲ, ਬਾਏ ਬਾਏ।